ਸਾਰੇ ਭੈਣ ਭਰਾ ਨੂੰ ਜੈ ਸ੍ਰੀ ਜੈ ਸੰਤਾਂ ਦੇ ਦਾਤਾਂ ਦੇ ਜੈ ਸ੍ਰੀ ਮਿਸ਼ਨ ਨੇ ਪਿਛਲੇ ਹਫ਼ਤੇ ਤੇ ਸਮਾਰਟ ਰੱਖਿਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਸਾਡਾ ਬੱਚਾ ਜਵਾਨ ਨੂੰ ਸਾਰੇ ਕਈ ਜਾਣਦੇ ਕਈ ਨਹੀਂ ਜਾਣਦੇ ਤੇਰੇ ਭਰਾ ਨਾਲ ਜਿਆਦਾ ਕਿੰਨੇ ਸੰਗਾਂ ਸੀ ਲੱਗੇ ਜੀ ਕਿੰਨੇ ਸੰਗਾਂ ਲੱਗੇ ਸੀਗੇ ਜੀ ਕਿੰਨਿਆਂ ਨੇ ਦੇਖਿਆ ਜੀ ਇਹਨੂੰ ਠੀਕ ਹੋਣ ਵਾਲਾ ਸੀਗਾ ਜੀ ਕੁੜੀ ਇਹ ਵਾਕਾ ਹੀ ਜੀ ਏਦਾਂ ਜੀ ਜਿੱਦਾਂ ਤੇਰਾ ਭਰਾ ਤੇਰੇ ਭਰਾ ਨਾਲ ਜਿਆਦਾ ਬਾਦਸ਼ਾਹ ਸਜਾ ਕਰਾਇਆ ਤੈਨੂੰ ਪੜਨਾ ਦੇਖਿਆ ਜੀ ਇਹਨੂੰ ਠੀਕ ਹੋਣ ਵਾਲਾ ਸੀਗਾ ਕੋਠੇ ਵੀ ਵੇਚ ਦਿੰਦਾ ਮਕਾਨ ਦਾ ਰੱਦਾ ਵੀ ਰਾਮ ਦਾ ਇਹ ਮੇਰਾ ਭਤੀਜਾ ਤੇਰਾ ਭਰਾ ਦੱਸੋ ਹੁਣ ਚਿਮਟਾ ਚੱਕ ਲੈ ਨਠਾ ਵੇ ਮਤਲਬ ਮੈਂ ਕੀਤਾ ਸਾਰੀ ਸੰਗਤ ਬੱਚੇ ਨੂੰ ਤਕਰੀਬਨ ਸਾਰਿਆਂ ਨੇ ਦੇਖਿਆ ਕਿ ਜੋ ਹਾਲਤ ਸੀਗੀ ਤੇ ਇੱਥੇ ਤੱਕ ਸੀਗਾ ਕਿ ਨਾ ਇਹ ਰਾਤ ਨੂੰ ਸੌਂਦਾ ਸੀ ਨਾ ਦਿਨ ਸੌਂਦਾ ਸੀ ਚੌਵੀਆਂ ਘੰਟਿਆਂ ਦੇ ਸਾਰੀ ਰਾਤ ਸਾਰਾ ਦਿਨ ਇਹਦੀਆਂ ਅੱਖਾਂ ਚੱਲਦੀ ਰਹਿੰਦੀਆਂ ਸੀ ਤੇ ਅਸੀਂ ਇਹਨੂੰ ਦੋ ਗੋਲੀਆਂ ਡਾਕਟਰ ਕਹਿੰਦੇ ਦੇ ਦਿਓ ਤਾਂ ਸੌ ਜਾ ਕਰੋ ਪਰ ਅਸੀਂ ਦੋ ਜਾਂ ਦੋ ਦੇਣੀਆਂ ਕਹਿੰਦਾ ਦੋ ਹੋਰ ਦੇ ਕੇ ਦੇ ਲਓ ਦੋ ਦੇ ਦਸ ਦਸ ਗੋਲੀਆਂ ਬਾਰਾਂ ਬਾਰਾਂ ਗੋਲੀਆਂ ਦਿੱਤੀਆਂ ਤਾਂ ਤਿੰਨ ਚਾਰ ਵਾਜੀਆਂ ਕਰਕੇ ਔਰ ਇਹਨੂੰ ਨੀਂਦ ਨਹੀਂ ਸੀ ਆਉਂਦੀ ਫਿਰ ਅਸੀਂ ਖੁਦਾ ਦੇ ਦਾਸ ਨੂੰ ਦੱਸਣਾ ਦਾ ਇੱਕ ਮਿੰਟ ਵੀ ਨਹੀਂ ਸੌਂਦਾ ਇਹਦੀ ਕਹਿਣਾ ਕੋਈ ਨਹੀਂ ਹੁਣ ਆਸ ਕੇ ਆ ਕੇ ਥੋੜ੍ਹਾ ਥੋੜ੍ਹਾ ਮਰ ਪੈਂਦਾ ਪੈਂਦਾ ਫਿਰ ਇੱਕ ਹਫ਼ਤਾ ਇੱਦਾਂ ਹੋਇਆ ਦੂਸਰੇ ਹਫ਼ਤੇ ਅਸੀਂ ਜਿੱਦਾਂ ਗੋਲੀਆਂ ਦੇਣੀਆਂ ਖੁਦਾ ਦੇ ਦਾਸ ਨੇ ਕਿਹਾ ਕੋਈ ਨਹੀਂ ਇੱਕ ਘੰਟਾ ਦੋ ਘੰਟੇ ਵੀ ਸੌਣ ਲੱਗ ਪਿਆ ਤਾਂ ਥੋੜ੍ਹਾ ਥੋੜ੍ਹਾ ਇਹਨਾਂ ਨੇ ਆਰਾਮ ਹੋਣ ਲੱਗ ਪਿਆ ਫਿਰ ਅਸੀਂ ਪ੍ਰਾਰਥਨਾ ਜਿੱਦਾਂ ਜਿੱਦਾਂ ਕਰਾਉਂਦੇ ਰਹੇ ਇਹਨੇ ਅੱਧਾ ਘੰਟਾ ਸੌਂ ਜਾਣਾ ਘੜ ਕੇ ਇਹਨੂੰ ਚਾਰ ਕੁ ਵਜੇ ਸੌਣਾ ਜਿੱਦਾਂ ਚੌਵੀਆਂ ਘੰਟਿਆਂ 'ਚ ਅੱਧਾ ਕੁ ਘੰਟਾ ਸੌਣਾ ਇਹ ਪਰਮੇਸ਼ੁਰ ਨੇ ਥੋੜ੍ਹਾ ਥੋੜ੍ਹਾ ਇਹਨੂੰ ਚੰਗਾ ਕਰਨ ਲੱਗ ਪਿਆ ਜਿੱਦਾਂ ਜਿੱਦਾਂ ਅਸੀਂ ਆਉਂਦੇ ਰਹੇ ਖੁਦਾ ਨੇ ਹੁਕਮ ਦੱਸੇ ਮੈਂ ਸ਼ਰਾਬ ਪੀਂਦਾ ਸੀਗਾ ਤਕਰੀਬਨ ਅਧੀਆ ਦਾ ਪੀਂਦਾ ਸੀ ਘਰ ਤੋਂ ਘਰ ਸ਼ਰਾਬ ਵੀ ਪੀਂਦਾ ਸੀ ਤਾਂ ਬੀੜੀਆਂ ਵੀ ਪੀਂਦਾ ਸੀ ਇਹ ਪਰਮੇਸ਼ੁਰ ਦੇ ਹੁਕਮਾਂ ਨੂੰ ਦਾਰੇ ਦਾਸ ਨੇ ਕਿਹਾ ਵੀ ਤੂੰ ਬੀੜੀਆਂ ਪੀਂਦਾ ਬੀੜੀਆਂ ਛੱਡ ਦੇ ਤੂੰ ਸਾਰੇ ਬੀੜੀਆਂ ਛੱਡ ਦੇ ਮੈਂ ਖੁਦਾ ਤੋਂ ਤੋਬਾ ਕੀਤੀ ਮੈਂ ਕਿਹਾ ਜੋ ਗਲਤੀ ਹੋ ਗਿਆ ਕੋਈ ਨਹੀਂ ਮੈਂ ਹੁਣ ਬੀੜੀਆਂ ਛੱਡਦਾ ਉਸੇ ਹਫ਼ਤੇ ਫਿਰ ਪਰਮੇਸ਼ੁਰ ਨੇ ਇਹਨੂੰ ਚੰਗਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਹਫ਼ਤਾ ਹੋਰ ਦੂਏ ਹਫ਼ਤੇ ਹੋਰ ਹੌਲੀ ਹੌਲੀ ਨੀਂਦ ਆਉਣ ਲੱਗ ਪਈ ਕਿਉਂਕਿ ਇਹਨੂੰ ਲੱਗਾ ਚਾਰ ਸੰਗਲ ਅਸੀਂ ਲਾਉਂਦੇ ਸੀ ਦੋ ਬਾਹਾਂ ਨੂੰ ਦੋ ਲੱਤਾਂ ਅਤੇ ਫਿਰ ਵੀ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇੱਦਾਂ ਹੱਥ ਲਾਉਣਾ ਤਾਂ ਦਿੰਦੇ ਪਤਾ ਨਹੀਂ ਕਿੱਦਾਂ ਟੁੱਟ ਜਾਂਦੇ ਦਿੰਦੇ ਆਪਣੇ ਆਪ ਜਦੋਂ ਅਸੀਂ ਕਹਿਣਾ ਮੈਂ ਹੁਣ ਇਹਤੋਂ ਲਾ ਕੇ ਹਟਾ ਇਹ ਤੋਂ ਦਿੰਦਾ ਕਿੱਦਾਂ ਖੁੱਲ੍ਹ ਗਿਆ ਤਾਂ ਇੱਕ ਵਾਰੀ ਲਾਉਣਾ ਇਹ ਫਿਰ ਮੈਨੂੰ ਕਹਿਣਾ ਮੈਂ ਡੈਡੀ ਪਾਸ ਨਹੀਂ ਜਾਣਾ ਮੈਂ ਕਹਿਣਾ ਹੁਣੇ ਤਾਂ ਹਾਲੇ ਮੈਂ ਤੈਨੂੰ ਲੈ ਕੇ ਆ ਉਹ ਕਿ ਉਹ ਸਾਨੂੰ ਤੰਗ ਕਰਦਾ ਇੱਧਰ ਥੁੱਕੀ ਜਾਣਾ ਇੱਧਰ ਪੰਜਾਬ ਤੇ ਹਾਲੇ ਮੈਂ ਲੈ ਕੇ ਤੋ ਮੈਂ ਤੇ ਫਿਰ ਬਾਥਰੂਮ ਕਰ ਦੇਣਾ ਇੱਦਾਂ ਨਹੀਂ ਮਿੰਟ ਮਿੰਟ ਦੇ ਵਿੱਚ ਫਿਰ ਸਾਨੂੰ ਗਾਲਾਂ ਕੱਢਦਾ ਵੀ ਅਤੇ ਗਾਲ ਇਹ ਵੀ ਸਾਨੂੰ ਕੱਢਦਾ ਜੋ ਸਾਡੇ ਗਾਂ ਜਿਹੜੇ ਬਜ਼ੁਰਗ ਸੀ ਸਾਡਾ ਬਾਪ ਨੂੰ ਸਾਡੇ ਗਾਂ ਉਹ ਤੋਂ ਬਜ਼ੁਰਗਾਂ ਨੂੰ ਪਤਾ ਨਹੀਂ ਇਹਨੂੰ ਕਿੱਥੋਂ ਨਾ ਇੱਦਾਂ ਕੋਈ ਸ਼ੈਤਾਨ ਪਤਾ ਨਹੀਂ ਕਿੱਦਾਂ ਇਹਨੂੰ ਦੱਸੀ ਜਾਂਦਾ ਅਸੀਂ ਕਹਿੰਦੇ ਅਸੀਂ ਗਾਂ ਨਹੀਂ ਜਾਣਦੇ ਇਹਨੂੰ ਕਿੱਦਾਂ ਪਤਾ ਇੱਦਾਂ ਇਹ ਜਿਹੜੇ ਕੋਈ ਬਜ਼ੁਰਗਾਂ ਦਾ ਨਹੀਂ ਵੀ ਨਾ ਜਾਣਦਾ ਉਹ ਨਾਂ ਲੈ ਲੈ ਕੇ ਚੰਗਾ ਕੀਤਾ ਕਿਉਂਕਿ ਬੈਠ ਖੜੋ ਸਕਦਾ ਜੇ ਇੱਕ ਮਿੰਟ ਬਿਠਾ ਦੇ ਤਾਂ ਫੜ ਫੜਿਆ ਸੀ ਲਿਆਉਂਦੇ ਸੀ ਦੂਏ ਹਫ਼ਤੇ ਜਦੋਂ ਆਉਂਦਾ ਇਹਨੂੰ ਇੱਦਾਂ ਚਿਮਟਾ ਚੱਕਿਆ ਪਤਾ ਨਹੀਂ ਸੀ ਵੀ ਕਿਸੇ ਨੇ ਇੱਦਾਂ ਮਾਰ ਵੀ ਸਕਦਾ ਕਿਉਂਕਿ ਇੱਦਾਂ ਦਾ ਸ਼ੈਤਾਨ ਸੀਗਾ ਉਹ
ਚਿਮਟਾ ਚੱਕਦੇ ਫਿਰ ਖੁਦਾ ਦੇ ਦਾਸ ਨੇ ਤੇਰੇ ਨੂੰ ਫੜਿਆ ਤਾਂ ਤੂੰ ਫੜ ਨਹੀਂ ਸੀ ਸਕਦਾ ਕਿਉਂਕਿ ਜੇ ਕੋਈ ਇਨਸਾਨ ਫੜਦਾ ਤਾਂ ਇਨਸਾਨ ਤੁਹਾਨੂੰ ਹੱਥ ਵੀ ਨਹੀਂ ਲਾਦਾ ਕਿਉਂਕਿ ਕੋਈ ਪਰਮੇਸ਼ਰ ਚੰਗਾ ਕਰ ਸਕਦਾ ਇੱਕ ਹੋਰ ਸਵਾਲ ਕੋਈ ਖੁਦਾ ਦੇ ਦਾਸ ਫਿਰ ਪਹਿਲੇ ਨੰਬਰ 'ਤੇ ਪੋਤ ਚਾਹੀਦਾ ਭਾਵੇਂ ਮੈਂ ਕਿਹਾ ਮੇਰਾ ਭਤੀਜਾ ਤੇ ਉਹਨੇ ਪੱਖਪਾਤ ਕਰਦਾ ਉਹਨੇ ਪੂਰਾ ਤੁਰਨਾ ਹੁੰਦਾ ਕਿ ਠੀਕ ਤੂੰ ਮੇਰਾ ਭਰਾ ਆ ਮੇਰੀ ਤੂੰ ਬਾਂਹ ਆ ਨਾਲ ਦਾ ਜੰਮਿਆ ਤੂੰ ਮੇਰੇ ਨਾਲ ਆ ਪਰ ਮੈਂ ਕਿਹਾ ਇੱਥੇ ਨਾ ਕੋਈ ਸਿਫਾਰਿਸ਼ ਆ ਨਾ ਕੋਈ ਵੱਡੀ ਆ ਸੱਜਣਾ ਪਰ ਤੇਰੇ ਕੋਈ ਸਿਫਾਰਿਸ਼ ਰੱਬ ਨੇ ਕੰਮ ਕਰਨਾ ਤੇ ਲੇਖੇ ਦੇ ਹਿਸਾਬ ਤੇ ਇਕੱਲੇ ਤੈਨੂੰ ਦੇਣਾ ਪੈਣਾ ਮੈਂ ਕਿਹਾ ਹੁਣ ਤੈਨੂੰ ਦਾਰੂ ਚਾਹੀਦੀ ਜਾਂ ਤੈਨੂੰ ਪੁੱਤ ਚਾਹੀਦਾ ਕਹਿੰਦਾ ਜੀ ਮੈਨੂੰ ਦਾਰੂ ਚਾਹੀਦਾ ਮੈਨੂੰ ਪੁੱਤ ਚਾਹੀਦਾ ਮੈਂ ਕਿਹਾ ਜੇ ਪੁੱਤ ਚਾਹੀਦਾ ਨਾ ਘੜ ਘੜ ਤਾਂ ਛੱਡ ਦੇ ਇੱਥੇ ਦਾਰੂ ਪ੍ਰਭੂ ਤੋਂ ਕੰਨ ਫੜ ਲਾ ਸਾਫਾ ਪਾ ਲਾ ਦਲ ਦੇ ਵਿੱਚ ਤਾਂ ਮਾਫ਼ੀ ਖੁਦਾ ਤੋਂ ਮੰਗ ਲਾ ਨਹੀਂ ਤਾਂ ਮੈਂ ਕਿਹਾ ਪੁੱਤ ਤੇਰਾ ਰੁੜ ਗਿਆ ਵਾਕਿਆ ਮੋਤ ਟੁੱਟੀ ਸੀਗੀ ਪਤਾ ਸਾਨੂੰ ਸੀਗਾ ਇਹਨਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਬੱਚਾ ਨਹੀਂ ਹੈਗਾ ਜਵਾਨ ਜਿਹਦਾ ਬੱਚਾ ਮਰ ਜਾਵੇ ਤੁਸੀਂ ਦੱਸੋ ਵੀ ਲੱਕ ਲੱਕ ਟੁੱਟ ਗਿਆ ਕਿ ਨਹੀਂ ਜਵਾਨ ਪੁੱਤ ਮਰ ਜਾਵੇ ਜਿਹਦਾ ਲੱਕ ਟੁੱਟ ਗਿਆ ਕਿ ਨਹੀਂ ਮਾਂ ਪੇ ਦੇ ਸਾਰੀ ਉਮਰ ਨਹੀਂ ਭੁੱਲੂਗਾ ਸਾਰੀ ਉਮਰ ਦੀ ਕੋਈ ਦਿਨ ਧਿਆਨ ਆ ਗਿਆ ਸਾਰੀ ਉਮਰ ਰੋਣਾ ਪਾਉਣਾ ਪੈ ਜਾਵੇ ਸੋ ਮੈਂ ਲੱਖਾਂ ਅਰਬਾਂ ਲਾਲ ਦਾ ਕੋਠੇ ਖੇਡਾ ਤਾਂ ਵੀ ਆਮ ਆਉਂਦੇ ਪਹਿਲੇ ਨੰਬਰ ਤੇ ਪੁੱਤ ਨੂੰ ਜ਼ਿੰਦਗੀ ਦੂਜੀ ਨੰਬਰ ਤੇ ਦਾਰੂ ਛੱਡੇ ਨੇ ਜ਼ਿੰਦਗੀ ਬਦਲੀ ਸਾਨੂੰ ਵੀ ਖੁਦਾ ਨਾ ਕਰਦਾ ਪਹਿਲਾਂ ਇਹਦਾ ਨੰਬਰ ਸੀ ਦੂਜਾ ਨੰਬਰ ਇਹਦਾ ਲੱਗਾ ਚੀਜ਼ਾਂ ਹੀ ਇੱਦਾਂ ਦੀਆਂ ਸੀਗੀਆਂ ਉਹਨੂੰ ਕੋਈ ਵੀ ਹੱਥ ਪਾ ਨਹੀਂ ਸੀ ਹੱਥ ਪਾ ਸਕਦਾ ਨਾ ਉਹਨੂੰ ਕੋਈ ਫੜ ਸਕਦਾ ਸੀ ਪਰ ਇਹ ਸੰਤ ਨੂੰ ਵਰਦਾਨ ਹੀ ਇੱਦਾਂ ਦੇ ਦਿੱਤੇ ਹੋਏ ਆ ਸ਼ੋਕ ਦੇ ਨਾਲ ਇੱਕ ਤਰ੍ਹਾਂ ਦਾ ਸ਼ੇਖ ਬਹੁਤ ਉੱਚੀ ਅੱਗ ਪੂਰੀ ਭਰੀ ਹੋਈ ਆ ਮੇਰੇ ਨਾਲ ਗਿਆ ਉਹ ਇਹਨਾਂ ਦੇ ਘਰ ਕਹਿੰਦਾ ਜੀ ਮੇਰੇ ਮਗਰ ਸ਼ਤਾਨ ਗਏ ਆ ਤਾਂ ਚੰਗਾ ਮੇਰੇ ਨਾਲ ਜੁੱਟ ਹੋਇਆ ਨਾਲੇ ਉੱਥੇ ਅਭਿਸ਼ੇਕ ਅੱਗ ਦਾ ਦੇ ਲਓ ਕਿੰਨਾ ਹੈ ਖੁਦਾ ਸਿੱਧੀਆਂ ਗੱਲਾਂ ਕਰਦਾ ਫਿਰ ਵੀ ਸ਼ਤਾਨ ਕਹਿੰਦਾ ਮੇਰੇ ਨਾਲ ਗਿਆ ਤਾਂ ਪਰ ਇਹ ਸੰਤ ਇੱਥੋਂ ਲਲਕਾਰ ਕੇ ਕਹਿੰਦਾ ਸੀ ਵੀ ਯੇਸੂ ਮੈਂ ਹੁਣ ਵੀ ਕਹਿੰਦਾ ਸ਼ਤਾਨ ਕਿਤੇ ਹੁਣ ਸੁਣਦੇ ਨਹੀਂ ਪਤਾ ਹੁਣ ਵੀ ਮੈਂ ਇਹ ਗੱਲ ਕਹਿੰਦਾ ਮੈਂ ਆਪਣੇ ਪ੍ਰਭੂ ਦੇ ਮਾਣ ਮੈਨੂੰ ਫਕਰ ਪੂਰਾ ਔਰ ਦੁਸ਼ਟਾ ਤੇ ਦੂਜੇ ਨੰਬਰ ਤੇ ਬਿਮਾਰੀ ਨੂੰ ਮੈਂ ਚੱਲਿਆ ਤੂੰ ਕਰ ਕੀ ਕਰਨਾ ਤਾਂ ਮੈਂ ਬਿਮਾਰੀ ਨੂੰ ਵੀ ਕਹਿੰਦਾ ਮੈਂ ਕਰ ਕੀ ਤੂੰ ਕਰਨਾ ਮੇਰਾ ਨਾ ਮੈਂ ਟੀਵੀ ਤੋਂ ਡਰਦਾ ਨਾ ਮੈਂ ਸ਼ੂਗਰਾਂ ਤੋਂ ਡਰਦਾ ਨਾ ਮੈਂ ਕਿਸੇ ਬਿਮਾਰੀ ਤੋਂ ਡਰਦਾ ਮੈਂ ਹੀ ਦਵਾਈ ਖਾਂਦਾ ਸੱਚਮੁੱਚ ਮੈਂ ਕਹਿੰਦਾ ਮੈਨੂੰ ਦਵਾਈ ਦੇ ਕੇ ਨਾ ਗੋਲੀ ਆਉਂਦੇ ਡਰ ਲੱਗਦਾ ਦੇਖ ਕੇ ਮੈਨੂੰ ਉੱਥੇ ਕਮੜੀ ਛਿੜ ਪੈ ਗਈ ਮੈਂ ਕਰਦਾ ਮੈਨੂੰ ਦਵਾਈ ਦਾ ਨਾਂ ਨਾ ਲਿਆ ਕਰੋ ਬੜਾ ਬੁਖਾਰ ਇੱਕ ਵਾਰੀ ਚੜ ਗਿਆ ਬਹੁਤ ਜ਼ਿਆਦਾ ਚਲੋ ਡਾਕਟਰ ਦੇ ਲੈ ਜਿਹੜੇ ਇੱਥੇ ਰਹਿਣ ਮੈਂ ਕਿਹਾ ਮੇਰੇ ਕੋਲ ਨਾ ਲਓ ਡਾਕਟਰ ਦਾ ਮੈਂ ਨਹੀਂ ਦਵਾਈ ਦੁਈ ਖਾਣੀ ਕੋਈ ਮੇਰਾ ਡਾਕਟਰ ਹੈਗਾ ਮੇਰੇ ਕੋਲ ਪ੍ਰੇਤ ਕੀਤੀ ਰਾਤ ਨੂੰ ਸਵੇਰ ਨੂੰ ਬਿਲਕੁਲ ਨਾ ਮੈਂ ਦਵਾਈ ਖਾਂਦਾ ਨਾ ਮੈਂ ਸ਼ਤਾਨਾਂ ਤੋਂ ਡਰਦਾ ਨਾ ਮੈਂ ਬਿਮਾਰੀ ਤੋਂ ਡਰਦਾ ਨਾ ਮੈਂ ਅੱਗਾਂ ਤੋਂ ਨਾ ਮੈਂ ਪਾਣੀਆਂ ਤੋਂ ਮੈਂ ਨਾ ਧੁੱਪਾਂ ਤੋਂ ਕਿਸੇ ਤੋਂ ਡਰਦਾ ਸਰ ਮੈਂ ਯਸੂ ਤੋਂ ਡਰਦਾ ਮੈਂ ਆਪਣੇ ਪੇਟ ਤੋਂ ਡਰਦਾ ਜੀ ਹਰ ਦਿਨ ਮੈਂ ਯਸੂ ਤੋਂ ਡਰਦਾ ਤੇ ਪ੍ਰਾਰਥਨਾ ਤੋਂ ਡਰਦਾ ਕਿਉਂ ਕਿ ਜਿਹੜਾ ਮੇਰੇ ਨਾਲ ਹਰ ਟਾਈਮ ਰੋਕੀ ਕਰਦੇ ਮੈਂ ਤਾਂ ਤੁਰਨ ਲੱਗਾ ਕਹਿੰਦਾ ਵੀ ਦੁਸ਼ਟਾ ਕਰ ਕੀ ਮੈਂ ਕਰਨਾ ਯਸੂ ਨਾਲ ਬਣਾਉਂਦਾ ਜੇ ਤਾਂ ਤੇਜੇ ਦਮ ਹੈਗਾ ਤੇ ਆ ਜਾ ਜਿੱਦਾਂ ਮੇਰੇ ਵਿੱਚ ਪ੍ਰਭੂ ਨੇ ਆਪਣਾ ਅਭਿਸ਼ੇਕ ਅੱਗ ਦਾ ਦਿੱਤਾ ਤਾਂ ਮੈਂ ਚਾਹੁੰਦਾ ਪੂਰੀ ਸੰਗਤ ਦੀ ਅੱਗ ਚਾਹੁੰਦੇ ਆ ਜੇ ਜਿੱਦਾਂ ਦੇ ਕਹਿੰਦੇ ਨੇ ਗੁਰੂ ਆ ਚੇਲੇ ਆ ਤਾਂ ਉੱਦਾਂ ਦੇ ਮਤਲਬ ਗਾਹਾਂ ਜਿੱਦਾਂ ਦੇ ਉਸਤਾਦ ਹੋ ਨਾ ਜਿੱਦਾਂ ਦੇ ਟੀਚਰ ਆ ਜਿੱਦਾਂ ਦੇ ਗੁਰੂ ਗਾਹਾਂ ਚੇਲੇ ਵੀ ਉੱਦਾਂ ਦੇ ਬਣਨਾ ਚਾਹੁੰਦੇ ਆ ਬਣਨਾ ਚਾਹੁੰਦੇ ਆ ਜਿੰਨਿਆਂ ਨੇ ਤੋਬਾ ਕਰਕੇ ਬਾਤੇ ਸਮਾ ਲਿਆ ਲੋ ਹੱਥ ਚ ਪੋਤਾ ਬਣਨਾ ਚਾਹੁੰਦੇ ਆ ਏਦਾਂ ਦੇ ਬਣਨਾ ਚਾਹੁੰਦੇ ਆ ਇਹ ਲੋਕ ਤੁਹਾਡੇ ਸਾਹਮਣੇ ਪੰਜੀਤ ਵੀ ਏਦਾਂ ਦਾ ਕੁਛ ਕਹਿੰਦੇ ਹੈ ਨੀ ਉਹ ਤਾਂ ਗੱਲ ਤਾਂ ਪਤਾ ਨੀ ਤਕਦੀਰ ਕਿੱਦਾਂ ਮਾਰ ਗਈ ਇਹਦੀ ਪਤਾ ਨੀ ਗੱਲ ਕੀ ਪਾਣੀ ਆ ਦਿੱਤੀ ਕਿਹਨੇ ਅੱਗ ਸੇਵਲਾ ਨੂੰ ਦਿੱਤੀ ਕਿਹਨੇ ਅੱਗ ਘਰਦਿਆਂ ਨੂੰ ਦਿੱਤੀ ਕਿਹਨੇ ਅੱਗ ਤੁਹਾਨੂੰ ਦਿੱਤੀ ਕਿਹਨੇ ਅੱਗ ਪਰ ਤੁਸੀਂ ਇਸਤੇਮਾਲ ਨਹੀਂ ਕਰਦੇ ਇਸਤੇਮਾਲ ਨਹੀਂ ਕਰਦੇ ਕਰੋ ਮੈਂ ਕਹਿੰਦਾ ਤੁਸੀਂ ਇੰਨੀ ਅੱਗ ਤੁਹਾਡੇ ਭਰ ਜਾਓਗੇ ਤੁਸੀਂ ਪ੍ਰੇਅਰ ਕਰੋ ਲੋਕੀ ਚੰਗੇ ਚੇ ਮੈਂ ਤਾਂ ਕਹਿੰਦਾ ਮੈਂ ਨਹੀਂ ਕਰਨੀ ਪ੍ਰੇਅਰ ਤੁਸੀਂ ਕਰੋ ਮੈਂ ਬਸ ਇੱਦਾਂ ਹੱਥ ਰੱਖ ਦੇਣਾ ਤੁਹਾਡੇ ਲਾਵੇ ਕਰੋ ਪ੍ਰੇਅਰ ਤੁਸੀਂ ਪ੍ਰੇਅਰ ਕਰੋਗੇ ਮੋਢੇ 'ਚ ਖੜੇ ਹੋ ਜਾਣਗੇ ਆਉਂਦੇ ਕਿ ਨਹੀਂ ਇਸ ਤੁਸੀਂ ਤਾਲੀਆਂ ਨੂੰ ਦਿਲ ਦੀ ਲਵਾਉਂਦੇ ਆ ਬਹੁਤ
ਤੇ ਗਵਾਈਆਂ ਦੋ ਮਿੰਟ ਗਵਾਈਆਂ ਤੇ ਹੋਰ ਬਹੁਤ ਦੇਣਗੇ ਤਾਂ ਮੁੱਕਣਾ ਹੀ ਟਾਈਮ ਸਾਰੀ ਰਿਸ਼ਤੇ।